ਲੱਖ ਫਕੀਰਾਂ ਲੋਕਾਂ ਵਿੱਚ ਐਸਾ ਬੈਣ ਖਲੋਣ ਤੂੰ ਹੋਵੇਂ ਤੇ ਹੱਸਣ ਲੋਕੀ ਨਾ ਹੋਵੇਂ ਤੇ ਰੋਣ। ਰੂਮੀਓ ਜਾਲਬ DMH ਨਿਊਜ਼ ਤੋਂ ਮੇਰੇ ਸੋਹਣੇ ਭੈਣ ਭਰਾਵਾਂ ਨੂੰ ਸਲਾਮ ਪੇਸ਼ ਕਰਦਾ ਹੈ। ਨਾਜ਼ਰੀਨ, ਸਾਡਾ ਇਹ ਪ੍ਰੋਗਰਾਮ ਆਵਾਮ ਦੀ ਅਦਾਲਤ DMH ਨਿਊਜ਼ ਦੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਹਾਰ ਰੋਡ ਤੋਂ। ਅਤੇ ਹਾਰ ਰੋਡ ਦੇ ਵਿੱਚ ਮਹਿੰਗਾਈ ਕੈਸੀ ਜਾ ਰਹੀ ਹੈ, ਮਹਿੰਗਾਈ ਦਾ ਕੀ ਇੱਥੇ ਪੁਜ਼ੀਸ਼ਨ ਰਹੀ ਹੈ, ਅਤੇ ਸਾਡੇ ਕੋਲ ਸਾਡੀ ਖੁਸ਼ਕਿਸਮਤੀ ਹੈ ਕਿ ਜਵੇਦ ਸਾਹਿਬ ਜਿਹੜੇ ਕਿ ਨਾਇਬ ਸਦਰ ਨੇ ਹਾਰ ਰੋਡ ਦੇ, ਅਤੇ ਉਹ ਮੌਜੂਦ ਨੇ, ਅਤੇ ਅਸੀਂ ਉਹਨਾਂ ਕੋਲ ਚੱਲਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਸੂਰਤ ਆ ਰਹੀ ਹੈ। ਪਹਿਲੇ ਤਾਂ ਜਵੇਦ ਸਾਹਿਬ, ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਹਾਰ ਰੋਡ ਦੇ ਨਾਇਬ ਸਦਰ ਬਣ ਗਏ ਹੋ, ਅਤੇ ਸਾਡੇ ਵਾਸਤੇ ਬੜਾ ਆਜ਼ਾਦ ਹੈ ਅਤੇ ਖੁਸ਼ੀ ਦੀ ਗੱਲ ਹੈ। ਹਮ ਇਸ ਅਹੁਦੇ ਫਿਰ ਇਸ ਲਈ ਕਾਇਮ ਦਾਇਮ ਹੈ ताकि हम अपने हाल रोड के लोगों की, ताजरों की खिदमत कर सकें। आधी रात को भी जिनको हमारे लायक हुक्म हो, हम उनके साथ चलने को तैयार हैं। आप बड़ी इतने गहमा गहमी होंगी सी, ऐतकी की सूरत हाल रही सर? इस दफा सूरत हाल काफ़ी नॉर्मल रही है। महंगाई हद से ज़्यादा बढ़ गई थी, जिससे ऐसे गरीब मिडिल क्लास लोगों का गुजारा बहुत मुश्किल हो गया है। तो हमारी कोशिश है कि हम अपनी आवाम के लिए जो खिदमत कर सकते हैं हम करें। इसमें अल्लाह ताला अपनी रहमत करे, हम सारों की दुआएं हैं। पिछले साल उन्होंने कट रही है? नहीं, डबल महंगाई डबल ट्रिपल हो गई है। नहीं, रश कट रहे हैं पिछले? रश कट रहे हैं, कारोबारी पोजीशन डाउन रही है। वो पोजीशन नहीं रही जी आइंदा 4-5 साल पहले होंगी सी, हूँ बहुत डाउन रही है। ਮਹਿੰਗਾਈ ਦਾ ਨਾਜ਼ਰੀ ਦਾ ਤੁਸੀਂ ਸੁਣਿਆ ਜਵੇਦ ਸਾਹਿਬ ਕੋਲੋਂ ਕਿ ਉਹ ਪੋਜੀਸ਼ਨ ਨਹੀਂ ਨਹੀਂ 5 ਸਾਲ ਤੋਂ ਪਹਿਲੇ ਬਹੁਤ ਲੋਕ ਹਾਰ ਰੋਡ ਤੇ ਰਸ਼ ਹੁੰਦਾ ਸੀ, ਮੋਬਾਈਲ ਖਰੀਦ ਰਿਹਾ, ਕੋਈ ਡਿਸ਼ ਲਵਾ ਰਿਹਾ, ਕੋਈ ਕੁਝ ਲਾ ਰਿਹਾ। ਮੈਂ ਕਿਹਾ ਡਿਸ਼ਾਂ ਦਾ ਤੁਸੀਂ ਮੇਰੇ ਨਾਲ ਮਾਸ਼ਾਅੱਲਾ ਕਾਰੋਬਾਰ ਕਰਦੇ ਹੋ, ਤੇ ਡਿਸ਼ਾਂ ਵੀ ਘੱਟ ਲੱਗੀਆਂ ਹੋਣੀਆਂ। ਲਾਜ਼ਮੀ ਗੱਲ ਹੈ ਸਰ, ਮਹਿੰਗਾਈ ਤੁਹਾਨੂੰ ਪਤਾ ਇੰਨੀ ਜ਼ਿਆਦਾ ਹੋ ਗਈ ਹੈ, ਤੇ ਅਸੀਂ ਇਹਨਾਂ ਡਿਸ਼ਾਂ ਵੀ ਘੱਟ ਲੱਗੀਆਂ ਨੇ ਕਾਫੀ ਹੱਦ ਤੱਕ, ਤੇ ਹੋਰ ਵੀ ਓਵਰਆਲ ਕਾਰੋਬਾਰ ਤੇ ਅਸਰ ਪਿਆ ਮਹਿੰਗਾਈ ਦਾ। ਅੱਛਾ ਜਵੇਦ ਸਾਹਿਬ, ਤੁਸੀਂ ਨਾਇਬ ਸਦਰ ਵੀ ਹੋ ਗਏ ਹੋ, ਇੱਕ ਕਲਮ ਹੋ ਰਿਹਾ ਜੀ, ਇਲੈਕਸ਼ਨ ਹੋਣੇ ਚਾਹੀਦੇ, ਤੁਹਾਡੀ ਨਜ਼ਰ 'ਚ ਇਲੈਕਸ਼ਨ ਹੋਣੇ ਚਾਹੀਦੇ ਨੇ? ਜੀ ਸਰ, ਬਿਲਕੁਲ ਹੋਣੇ ਚਾਹੀਦੇ ਨੇ, ਤਾਂ ਕਿ ਤਬਦੀਲੀ ਦਾ ਨਾਰਾ ਆਵਾਮ ਨੇ ਲਾਇਆ। ਇੱਕ ਦਫਾ ਇਮਰਾਨ ਖਾਨ ਸਾਹਿਬ ਨੂੰ ਵੀ ਮੌਕਾ ਦੇਣਾ ਚਾਹੀਦਾ ਕਿ ਉਹ ਹਕੂਮਤ ਚਾਹਨ ਆਪਣਾ ਵਹਾਨ ਆਪਣਾ ਆਪ ਮਨਵਾ। ਮਹਿੰਗਾਈ ਘੱਟ ਜਾਏਗੀ ਇਨਸ਼ਾਅੱਲਾ, ਕੋਸ਼ਿਸ਼ ਤਾਂ ਕਰਾਂਗੇ, ਮਹਿੰਗਾਈ ਤਾਂ ਨਹੀਂ ਘਟੇਗੀ, ਮਗਰ ਆਵਾਮ ਬਿਹਤਰ बेहतरी आएगा इंशाल्लाह। ਤੁਸੀਂ ਚਾਹੁੰਦੇ ਹੋ ਕਿ ਇਲੈਕਸ਼ਨ ਹੋਣ? ਅਸੀਂ ਅਲਹਮਦੁਲਿਲਾ ਕਹਿੰਦੇ ਹਾਂ ਕਿ ਇਲੈਕਸ਼ਨ ਹੋਣ, ਹਾਲ ਰੋਡ ਦੀ ਬਿਹਤਰੀ ਇਨਸ਼ਾਅੱਲਾ ਆਏਗੀ। ਹਾਂਜੀ, ਲੋ ਜੀ, ਜਵੇਦ ਸਾਹਿਬ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਨਾਲ ਕਿ ਇੱਥੇ ਮਹਿੰਗਾਈ ਬਹੁਤ, ਮਤਲਬ ਰੂਸ ਤੇ ਸੀ ਤੇ ਲੋਕੀ ਨਹੀਂ ਆ ਸਕੇ ਹਾਲ ਰੋਡ ਦੇ ਉੱਤੇ, ਤੇ ਇਹਨਾਂ ਨੇ ਵੀ ਕਿਹਾ ਕਿ ਇਲੈਕਸ਼ਨ ਹੋਣੇ ਚਾਹੀਦੇ ਨੇ, ਅਤੇ ਇਹ ਜਿਹੜੀਆਂ ਗੱਲਾਂ ਹੈਗੀਆਂ ਮਤਲਬ DMH ਨਿਊਜ਼ ਆਵਾਮ ਦੀ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ। ਹੁਣ ਅਸੀਂ ਅਗਲੇ ਭਾਈਆਂ ਨੂੰ ਪੁੱਛਦੇ ਨੇ ਉਹ ਕੀ ਕਹਿੰਦੇ ਨੇ। ਅਸਲ ਮੈਂ ਮਹਿੰਗਾਈ ਨੇ ਆਮ ਆਦਮੀ ਕੀ ਕਮਰ ਤੋੜ ਰੱਖੀ ਹੈ। ਮੈਂ ਸੁਬਹ ਸੇ ਆਇਆ ਹਾਂ ਹਾਰ ਰੋਡ ਕੇ ਉੱਪਰ, ਕੁਝ ਚੀਜ਼ਾਂ ਪਰਚੇਜ਼ ਕਰਨੀ ਥੀ, ਤੋ ਜਿਸ ਸ਼ੋਪ ਪੇ ਵੀ ਗਿਆ ਹਾਂ ਇੱਕ ਤੋਂ ਚੀਜ਼ਾਂ ਕੋ ਪ੍ਰਾਈਜ਼ ਬਹੁਤ ਜ਼ਿਆਦਾ ਹੈ। ਦੂਸਰੀ ਬਾਤ ਇਹ ਹੈ ਕਿ ਕਸਟਮਰ ਬਹੁਤ ਕਮ ਹੈ, ਅਗਰ ਦੁਕਾਨਦਾਰ ਸੇ ਪੁੱਛਦੇ ਹੈ ਕਿ ਇਤਨੀ ਮਹਿੰਗੀ ਚੀਜ਼ ਕਿਉਂ ਹੈ, ਕਹਤੇ ਜੀ ਮਹਿੰਗਾਈ ਬਹੁਤ ਹੈ, ਕੋਈ ਇਮਰਾਨ ਖਾਨ ਕੇ ਰੋਨੇ ਰੋਤਾ ਹੈ, ਕੋਈ ਨੂਨ ਲੀਗ ਕੇ ਰੋਨੇ ਰੋਤਾ, ਬਸ ਇਹੀ ਸੂਰਤ ਹਾਲ ਹੈ। ਲੇਕਿਨ ਇਹ ਹਾਲ ਕੋਈ ਨਹੀਂ ਹੈ ਮਹਿੰਗਾਈ ਕਾ ਜੋ। ਅੱਜ ਤੋਂ 4-5 ਸਾਲ ਜਾਂ ਪਿਛਲੇ ਸਾਲ ਤੋਂ ਅਸੀਂ ਅੰਦਾਜ਼ਾ ਲਾਈਏ, ਉਦੋਂ ਲੋਕਾਂ ਨੂੰ ਇੰਨੀ ਪਰੇਸ਼ਾਨੀ ਨਹੀਂ ਸੀ ਜਿੰਨੀ ਹੁਣ ਹੋਈ। ਦੇਖੇ ਜੀ, ਇਹ ਜੋ ਆਪਨੇ ਦੇਖਾ ਕਿ ਹਕੂਮਤੇ ਖੁਦ ਨਹੀਂ ਪਾਉਂ ਪੇ ਖੜੀ ਹੋ ਰਹੀ, ਕਭੀ PTI ਕੀ ਬਾਰੀ ਆ ਜਾਤੀ, ਕਭੀ ਨੂਨ ਲੀਗ ਕੀ ਬਾਰੀ ਆ ਜਾਤੀ, ਅਭੀ 13-14 ਜਮਾਤੇ ਰਲ ਕੇ ਜੈਸਾ ਉਹਨਾਂ ਨੇ ਮੁਲਕ ਕੋ ਸਾਰੇ ਮੇਂ ਡਾਲਾ ਹੋਇਆ, ਇਹ ਵੀ ਆਪਕੇ ਵੀ ਸਾਹਮਣੇ ਹੈ, ਔਰ ਇਸਕੀ ਵਜ੍ਹਾ ਸੇ ਜ਼ਿਆਦਾ ਲੋਕੋ ਕੋ ਪਰੇਸ਼ਾਨੀ ਕਾ ਕ੍ਰੀਏਟ ਪੈਦਾ ਹੋ ਰਹੀ ਹੈ। ਅੱਛਾ, ਹੁਣ ਇੱਕ ਦੂਸਰਾ ਹੈਗਾ ਕਿ ਇੱਕ ਇਲੈਕਸ਼ਨ ਹੋਣੇ ਚਾਹੀਦੇ ਨੇ, ਇਹ ਮਹਿੰਗਾਈ ਵੀ ਹੈਗੀ, ਲੋਕ ਕਿਸ ਤਰ੍ਹਾਂ ਵੋਟ ਪਾਉਣ ਜਾਣਗੇ, ਕੀ ਸੂਰਤ ਹਾਲ ਹੋਈ? ਮੈਂ ਦੇਖੇ ਜੀ, ਚੀਫ ਜਸਟਿਸ ਆਫ ਪਾਕਿਸਤਾਨ ਜਸਟਿਸ ਉਮਰਤਾਬ ਬੰਦਿਆਲ ਨੇ ਜੋ ਡਾਇਰੈਕਸ਼ਨ ਦੀ ਹੈ ਇਲੈਕਸ਼ਨ ਕਮਿਸ਼ਨ ਕੋ ਕਿ ਪੰਜਾਬ ਔਰ KPK ਮੇਂ ਇਲੈਕਸ਼ਨ ਹੋਣੇ ਚਾਹੀਏ, ਮੇਰਾ ਤੋ ਆਪਣੀ ਜ਼ਾਤੀ ਰਾਏ ਯਹੀ ਹੈ ਕਿ ਇਲੈਕਸ਼ਨ ਜੋ ਹੈ ਨਾ ਦੋ ਸੂਬੋ ਕੇ ਨਹੀਂ ਹੋਣੇ ਚਾਹੀਏ, ਓਵਰਆਲ ਹੋਣੇ ਚਾਹੀਏ, ਤਾਂ ਕਿ ਇੱਕ ਦੋ ਅਧਾਈ ਅਕਸਰੀਅਤ ਕੇ ਸਾਥ ਹਕੂਮਤ ਬਨੇ, ਤਾਂ ਕਿ ਲੋਕੋ ਕੇ ਜੋ ਮਸਾਇਲ ਹੈ ਵੋ ਹੱਲ ਹੋ ਸਕੇ। ਐਡੇ ਹੁਕਮਰਾਨ ਗਲੀਜ਼ ਨੇ, ਗੰਦੇ ਨੇ, ਕਿ ਸਮਝ ਨਹੀਂ ਆਉਂਦੀ ਇੰਨੀ ਮਹਿੰਗਾਈ ਕੀਤੀ ਹੈ। ਹੁਣ ਮੈਂ ਛੋਟਾ ਜਿਹਾ ਮੁਲਾਜ਼ਮ ਹਾਂ, ਮੈਂ ਮੇਰੇ ਬੇਟੇ ਨੇ ਜ਼ਿੱਦ ਕੀਤੀ ਹੈ, ਉਹਨੂੰ 30,000 ਰੁਪਏ ਦਾ ਮੋਬਾਈਲ ਦਿੱਤਾ, ਹੁਣ ਮੈਂ ਆਪਣੇ ਬੱਚੇ ਨੇ ਮੇਰੇ ਪੈਰਾਂ 'ਚ ਜਾਨ ਨਿਕਲਦੀ ਪਈ ਕਿ ਮੈਂ ਘਰ ਕਿਸ ਤਰ੍ਹਾਂ ਜਾਵਾਂ। ਮੈਂ ਉਹ ਗੱਲ ਬੱਚਾ ਜਿਹੜਾ ਇਕੱਲਾ ਇਕੱਲਾ ਬੱਚਾ, ਉਹਨੇ ਸਿਰ ਪੀੜ ਲਾਈ ਹੋਈ ਸੀ,
तो इन्हों खुदा का खौफ करना चाहिए इन्होंने हुक्मरानों कि क्यों महंगाई करते हैं। ये जो पैसे हराम दे पैसे कमाते हैं बाहर ला जाते हैं और को आवाम वास्ते भी कुछ कर देने और खुदा का वास्ता है तुहानू अल्लाह के अल्लाह का रसूल का वास्ता क्या तुम मरना नहीं गा तुम सदा इतें ही रहना है और तुम भी अल्लाह को जाना है तुम कम से कम इन्हें कर दे को असी रोटी खा सकी ए मोबाइल लिता हूँ मैं कम से कम ना मेरे बच्चों का दुध जो आता से ना वो नहीं आना होना सी हूँ बस इन्हें खाली मुश्किल जी ना और रोटी एक दिन हांडी पकावे तो दो दिन या तीन दिन खावे इस तरह गुजारा करना है। लो सी नाज़रीन आवाम की गल हाल रोड से फिर रहे पे हैं तो लोगों को पूछ रहे पे हैं इस महंगाई के दौर च हाल रोड की की पोजिशन रही है। साढ़े को भाइयों खलोते ने दुकान पर खलोते ने क्या की ना थोड़ा साहब इस महंगाई के दौर तुम मोबाइल खरीदना आए हो या अपनी थोड़ी शॉप है? मोबाइल पैनल चेंज कराना सी और तो पैनल चेंज कराना आया सर तो जो रेट वेखे ने असं डर गए हैं। पैनल का भी रेट मोबाइल्स के ना रेट काफ़ी ज़्यादा बढ़ गए हैं अभी ना ये सिर्फ तीन चार महीनों में ना इतने बढ़ गए हैं कि हमारा ना कोई फ़ोन लेने को दिल नहीं कर रहा और बेचने को फिर कहते हैं यार कुछ करें क्या रेट्स बहुत ज़्यादा बढ़ गए इनके ना। मेरे ख्याल में जब इम्पोर्ट है ना डॉलर की रेट की वजह से इनके इम्पोर्ट की रेट बढ़ गया है आपको पता है। दूसरा ये IMF जो IMF बढ़ा रही है उसी वजह से इनके प्रॉब्लम्स आ रही हैं इसी वजह से ये सीन चल रहा है। मतलब तुम कहते हो कि यह पोजिशन नहीं रही जी पिछले साल असं आराम मोबाइल खरीद लेंगे मोबाइल में वेच लेंगे तो पोजिशन इस टाइम बड़ी टफ हो गई ज़्यादा टफ हो गई। अब तो प्रॉब्लम्स इतनी ज़्यादा आ गई अब क्या करें। अब ये फ़ोन लेने आए हैं अब देखें पता क्या फ़ोन सेल करके अब इससे भी लो बजट का फ़ोन लेके जाना है ये सूरत हाल हो गई हमारी। एंड हो गया ना हुकूमतों दोवें पासे ना इमरान खान तो आज मियाँ ने कोई भी हुकूमत आ रही है आपस लड़ी जा रहे हैं सानू खाधी जा रहे हैं उन्होंने कही महंगाई हो रही है कहता जी इमरान खान चोर है। इमरान खान कहते इमरान खान की उम्र यार तो महंगाई हो रही कहता नवाजशरीफ चोर है और साडा की कसूर है सानू तो दसना भी तुहाडा कसूर है आपस लड़ी जा रहे हैं। रोड की की पोजिशन रही है साढ़े को भाइयों आए हैं की ना थोड़ा नासर अली। नासर अली कहे इलाके तो आए सर मैं ननकाना साहब से आया हूँ। ननकाना साहब तो आए हैं इस महंगाई के मतलब हाल रोड के बीच की सूरत हाल रही है तो तुम की खरीदन आए हो? सर हमने बेसिकल मोबाइल लेना था तो मोबाइल क्या बंदा खरीद सकता है इतनी महंगाई इन लोगों ने कर दी है मोबाइल लेना तो दूर की बात है। इस महंगाई के दौर में दो वक्त का खाना ही मुश्किल हो गया गरीब आदमी के लिए तो गवर्नमेंट को चाहिए कि कोई टैक्स कम करे ताकि आम आदमी भी मोबाइल खरीद सके या अपनी ज़िंदगी की ज़रूरियात कोई चीज़ें खरीद सके। मैं हुक्मरानों जो बैठे ने मैं शहबाज शरीफ को कहूँगा रिक्वेस्ट करूँगा ये मोबाइल तुम आटा कहें फ्री देंदे पे हो वो इतने भी इलेक्ट्रॉनिक्स से भी तैयार रहो जदीद टेक्नोलॉजी बच्चा एक मोबाइल तो खरीद सके इनू सस्ते करो चाइना ना मुआवजा करो तो मोबाइलों सस्ता करो आम पब्लिक भी मोबाइल खरीद और तुहानू याद रखेगी। तो रोमियो जाले बैठो इजाजत देंदा खुदा हाफिज़।